ਵੈਲਕਮ ਬੈਕ ਇਨ ਅਵਰ ਪ੍ਰੋਗਰਾਮ ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਜਲੰਧਰ ਤੋਂ ਵੀਰ ਦਲਜੀਤ ਸਿੰਘ ਜੀ ਦਾ ਇਹ ਲਿਖਦੇ ਹਨ ਇਹ ਦੋ ਦੇਸ਼ਾਂ ਵਿਚਾਲੇ ਸੰਬੰਧਾਂ ਤੇ ਮੈਂ ਕੋਈ ਮਾਹਰਤਾ ਨਹੀਂ ਪਰ ਮੈਂ ਇਹ ਗੱਲ ਕਹਿ ਸਕਦਾ ਕਿ ਤੁਸੀਂ ਨੇਪਾਲ ਦੇ ਮਾਮਲੇ ਤੇ ਗਲਤ ਸਟੈਂਡ ਲੈ ਰਹੇ ਹੋ ਇਹ ਲੜਾਈ ਨੀਵੀਂ ਜਾਤੀਆਂ ਵਾਲੇ ਗਰੀਬ ਨੇਪਾਲੀਆਂ ਦੀ ਉੱਚ ਜਾਤੀਆਂ ਵਾਲੀ ਖੁਸ਼ਕਿਸਮਤ ਨੇਪਾਲੀਆਂ ਵਿਚਾਲੇ ਹੈ ਮੈਨੂੰ ਪੂਰਾ ਨਹੀਂ ਪਤਾ ਪਰ ਤੁਸੀਂ ਨੇਪਾਲ ਬਾਰੇ ਆਪਣਾ ਸਟੈਂਡ ਦੁਬਾਰਾ ਦੇਖੋ ਪਾਕਿਸਤਾਨ ਅਫਗਾਨਿਸਤਾਨ ਦਾ ਬਾਰਡਰ ਤਿੰਨ ਕਾਰਨਾਂ ਕਰਕੇ ਬੰਦ ਕਰ ਸਕਦਾ ਹੈ ਜੇ ਪਾਕਿਸਤਾਨ ਇਵੇਂ ਕਰਦਾ ਹੈ ਤਾਂ ਉਹ ਸੈਂਟਰਲ ਏਸ਼ੀਆ ਵਿਚਲਾ ਆਪਣਾ ਸਾਰਾ ਵਪਾਰ ਗੁਆ ਬੈਠੇਗਾ ਦੂਜੀ ਗੱਲ ISI ਤਾਲਿਬਾਨ ਦੀ ਮਾਂ ਹੈ ਜੇ ਪਾਕਿਸਤਾਨ ਸਪਲਾਈ ਕੱਟਦਾ ਹੈ ਤਾਂ ਤਾਲਿਬਾਨ ਤੇ ਸਿੱਧੇ ਤੌਰ ਤੇ ਅਸਰ ਹੋਵੇਗਾ ਖਾਸ ਕਰਕੇ ਪਸ਼ਤੂਨ ਤੇ ਅੱਜ ਕੱਲ ਪਸ਼ਤੂਨੀ ਲੋਕ ਭਾਰਤ ਦੀ ਪਿਛਲੀ ਮਨਮੋਹਨ ਸਿੰਘ ਦੀ ਸਰਕਾਰ ਕਾਰਨ ਭਾਰਤ ਵੱਲ ਝੁਕੇ ਹੋਏ ਨੇ ਤੀਜੀ ਗੱਲ ਪਾਕਿਸਤਾਨ ਅਫਗਾਨਿਸਤਾਨ ਦੀ ਸਪਲਾਈ ਨੂੰ ਕਦੇ ਕੱਟ ਨਹੀਂ ਸਕਦਾ ਕਿਉਂਕਿ ਇੰਡੀਆ ਅਤੇ ਹੋਰ ਦੇਸ਼ਾਂ ਨੇ ਈਰਾਨ ਦੇ ਵਿੱਚਦੀ ਹਾਈਵੇ ਬਣਾਇਆ ਹੈ ਨੇਪਾਲ ਦੇ ਮਦੇਸੀਆਂ ਅਤੇ ਜਨਜਾਤੀ ਲੋਕਾਂ ਦਾ ਇਤਿਹਾਸ ਪੜ੍ਹੋ ਮੈਂ ਸਮਝਦਾ ਹਾਂ ਕਿ ਸਾਨੂੰ ਦਲਿਤਾਂ ਦੇ ਪੱਖ ਚ ਸਟੈਂਡ ਲੈਣਾ ਚਾਹੀਦਾ ਹੈ ਨਾ ਕਿ ਭਾਰਤ ਦੇ ਖਿਲਾਫ ਜੀ ਡਾਕਟਰ ਸਾਹਿਬ ਵੀਰ ਦਲਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਜਲੰਧਰ ਤੋਂ ਲਿਖਿਆ ਜੀ ਮੈਂ ਕਈ ਵਾਰ ਦੇਖਦਾ ਹਾਂ ਵੀ ਸਾਡੇ ਆਪਣੇ ਲੋਕਾਂ 'ਚ ਅਵੇਅਰਨੈਸ ਦਾ ਲੈਵਲ ਕਿੰਨਾ ਅਜੇ ਘੱਟ ਹੈ ਕਿ ਜਦੋਂ ਅਸੀਂ ਕੋਈ ਵੀ ਇੰਟਰਨੈਸ਼ਨਲ ਗੱਲ ਕਰਦੇ ਹਾਂ ਕਿਸੇ ਵੀ ਨੀਤੀ ਸੰਬੰਧੀ ਜਾਂ ਜਿਵੇਂ ਨੇਪਾਲ ਸੰਬੰਧੀ ਸਾਡੀ ਲਾਈਨ ਹੈ ਔਰ ਅਫਗਾਨਿਸਤਾਨ ਦੀਆਂ ਡਿਵੈਲਪਮੈਂਟਸ ਬਾਰੇ ਅਤੇ ਉਦੋਂ ਸਾਡੇ ਜਿਹੜੇ ਵਿਊਅਰ ਨੇ ਜਿਹੜੇ ਈਵਨ ਯੂਟਿਊਬ 'ਤੇ ਜਾਂ ਫੇਸਬੁੱਕ 'ਤੇ ਨੇ ਉਹਨਾਂ ਦੀ ਗਿਣਤੀ ਥੋੜ੍ਹੀ ਜਿਹੀ ਘੱਟ ਜਾਂਦੀ ਹੈ ਕਿਉਂਕਿ ਜਿਹੜੇ ਵੀ ਸਾਡੇ ਮੀਡੀਆ ਟੀਮ ਦੇ ਇਹਨੂੰ ਮੋਨੀਟਰ ਕਰਦੇ ਨੇ ਜਦੋਂ ਕੋਈ ਇਸ਼ੂ ਸਿੱਧੇ ਤੌਰ 'ਤੇ ਗਾਲੀ ਗਲੋਚ ਵਾਲਾ ਜਾਂ ਸਾਹਮਣੇ ਆਮਣੇ ਸਾਹਮਣੇ ਵਾਲਾ ਹੁੰਦਾ ਅਤੇ ਫਿਰ ਪਹਿਲੇ 24 ਘੰਟੇ 'ਚ ਜਿਹੜਾ ਉਹ ਰਿਕਾਰਡ ਤੋੜ ਜਿਹੜਾ ਉਹ ਨੰਬਰ ਆ ਜਾਂਦਾ ਪਰ ਮੈਂ ਇਹ ਦੇਖਦਾ ਹਾਂ ਵੀ ਜਿਹੜੇ ਦੂਸਰੇ ਲੋਕ ਨੇ ਜਿਹੜੇ ਦੇਖਦੇ ਨੇ ਵੀ ਸਿੱਖ ਡਾਇਰੈਕਸ਼ਨ ਕਿੱਧਰ ਨੂੰ ਜਾ ਰਹੀ ਹੈ ਉਹ ਕਿਵੇਂ ਇਸ ਸਾਰੇ ਬਾਰੇ ਅਲਰਟ ਹੁੰਦੇ ਨੇ ਸਾਡੇ ਬਹੁਤ ਸਾਰੇ ਜਦੋਂ ਅਸੀਂ ਨੇਪਾਲ ਦੇ ਉੱਤੇ ਆਪਣੀ ਪੋਜੀਸ਼ਨ ਲਈ ਹੈ ਜੋ ਅੱਜ ਕੱਲ੍ਹ ਚੱਲ ਰਿਹਾ ਹੈ ਖਾਸ ਤੌਰ 'ਤੇ ਉਹਦੀ ਆਰਥਿਕ ਨਾਕਾਬੰਦੀ ਤੋਂ ਬਾਅਦ ਉਸ ਤੋਂ ਪਹਿਲਾਂ ਨੇਪਾਲੀਆਂ ਨੇ ਜਿਹੜੇ ਪ੍ਰੋਟੈਸਟ ਕੀਤੇ UN ਦੇ ਬਾਹਰ ਉਹਨਾਂ ਦੇ ਫੰਕਸ਼ਨ ਸਾਡੀ ਸ਼ਮੂਲੀਅਤ ਜਾਂ ਉਹਨਾਂ ਦੇ ਐਕਟੀਵਿਸਟ ਨੂੰ ਲਿਆ ਕੇ ਅਸੀਂ ਸਟੂਡੀਓ ਦੇ ਵਿੱਚ ਇੰਟਰਵਿਊ ਕੀਤਾ ਜੀ ਇਸ ਨੂੰ ਜਿਹੜੇ ਉਹਨਾਂ ਦੇ ਗੰਭੀਰ ਚਿੰਤਕ ਨੇ ਉਹਨੇ ਬੜੀ ਗੰਭੀਰਤਾ ਦੇ ਨਾਲ ਲਿਆ ਔਰ ਨੰਬਰ ਵੀ ਉਹਨਾਂ ਦਾ ਬਹੁਤ ਸਾਰਿਆਂ ਦੇ ਕਮੈਂਟ ਵੀ ਆਏ ਔਰ ਉਹ ਇਸ ਨੂੰ ਇੱਕ ਖਤਰੇ ਦੀ ਘੰਟੀ ਸੋ ਜਿਹੜੀ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੀ ਗੱਲ ਸਾਡੇ ਆਪਣਿਆਂ ਨੂੰ ਨਹੀਂ ਲੱਗਦਾ ਕਿ ਵੀ ਇਹਦੇ 'ਚ ਕੋਈ ਉਹਨਾਂ ਦੀ ਦਿਲਚਸਪੀ ਕਿਉਂ ਹੋਏ ਜਾਂ ਕੀ ਫਾਇਦਾ ਹੁੰਦਾ ਪਰ ਦੂਸਰੇ ਲੋਕ ਜਿਹਨੂੰ ਮੈਂ ਦੁਸ਼ਮਣ ਵੀ ਕਹਾਂਗਾ ਪਰ ਜਾਂ ਜਿਵੇਂ ਦਲਜੀਤ ਸਿੰਘ ਹੋਰਾਂ ਨੇ ਕਿਹਾ ਮੈਂ ਇਹ ਨਹੀਂ ਸਮਝਦਾ ਵੀ ਇਹ ਕੋਈ ਦੁਸ਼ਮਣ ਲਾਈਨ ਦੇ ਨੇ ਕਿਉਂਕਿ ਇਹਨਾਂ ਨੇ ਗੱਲ ਬਿਲਕੁਲ ਠੀਕ ਕੀਤੀ ਹੈ ਨੇਪਾਲ ਦੀ ਜਿਹੜੀ ਪ੍ਰੋਬਲਮ ਵਿਦ ਇਨ ਦਾ ਕੰਟਰੀ ਹੈ ਉਹਨਾਂ ਦੇ ਵਿੱਚ ਜਿਹੜੀ ਮਾਓਵਾਦੀ ਤੌਰ ਜਿਹੜੀ ਮੂਵਮੈਂਟ ਸ਼ੁਰੂ ਹੋਈ ਕਿਉਂਕਿ ਉੱਥੇ ਵੀ ਇੱਥੋਂ ਮੱਧ ਪ੍ਰਦੇਸ਼ ਜਾਂ ਇਹਨਾਂ ਇਲਾਕਿਆਂ 'ਚੋਂ ਜਾ ਕੇ ਜਿਹੜੀ ਰਾਜਪੂਤ ਸ਼੍ਰੇਣੀ ਦੇ ਲੋਕ ਸੀ ਉਹਨਾਂ ਨੇ ਉੱਥੇ ਰਾਜ ਸ਼ਕਤੀ 'ਤੇ ਕਬਜ਼ਾ ਕਰ ਲਿਆ ਸੀ ਔਰ ਹੌਲੀ 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 ਮੋਨਾਰਕੀ ਦੇ ਥੱਲੇ ਇੱਕ ਪੂਰੀ ਅਲੀਤ ਕਲਾਸ ਡਿਵੈਲਪ ਹੋਈ ਔਰ ਜਿਹੜਾ ਕਾਸਟ ਸਿਸਟਮ ਹੈ ਜ਼ਾਤ ਪਾਤੀ ਸਿਸਟਮ ਉਹ ਬਹੁਤ ਬੁਰੀ ਫੋਰਮ ਦੇ ਵਿੱਚ ਹੈ ਨੇਪਾਲ ਦੇ ਵਿੱਚ ਔਰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਬਹੁਤ ਡਿਸਪੋਜੈਸਡ ਨੇ ਔਰ ਜਿਹੜੀ ਇਹਨਾਂ ਦੀ ਸਿਵਲ ਵਾਰ ਹੋਈ ਉਹਦੇ 'ਚ ਕਾਫੀ ਵੱਡੀ ਗਿਣਤੀ ਦੇ ਵਿੱਚ ਦਲਿਤ ਜਾਂ ਜਿਹਨਾਂ ਨੂੰ ਅਸੀਂ ਡਾਊਨ ਟਰੋਡਨ ਕਹਾਂਗੇ ਹੈਵ ਨੋਟ ਕਲਾਸ ਦੇ ਉਹਨਾਂ ਨੇ ਸ਼ਮੂਲੀਅਤ ਕੀਤੀ ਸੋ ਉਦੋਂ ਅਸੀਂ ਹਮੇਸ਼ਾ ਹੀ ਜੇ ਸਾਡੇ ਪਿਛਲੇ 2-3-4 ਸਾਲ ਪਹਿਲਾਂ ਦੀਆਂ ਲਿਖਤਾਂ ਈਵਨ TV 84 ਸ਼ੁਰੂ ਹੋਣ ਤੋਂ ਪਹਿਲਾਂ ਦਾ ਵੀ ਹੋਏ ਅਤੇ ਅਸੀਂ ਹਮੇਸ਼ਾ ਉਸ ਵਰਗ ਦੀ ਗੱਲ ਹੀ ਕੀਤੀ ਜਾਂ ਉਹਨਾਂ ਦੇ ਨਾਲ ਹੀ ਖਲੋਤੇ ਜਿਹੜੇ ਕਿ ਡਾਊਨ ਟਰੋਡਨ ਉਸ ਹਾਇਰਕੀ ਨੂੰ ਐਲੀਤ ਕਲਾਸ ਨੂੰ ਚੈਲੇਂਜ ਕਰ ਰਹੇ ਸੀ ਪਰ ਜਿਹੜੀ ਕਰੰਟ ਨੇਪਾਲ ਦੀ ਸਥਿਤੀ ਹੈ ਉਹਦੇ 'ਚ ਅਸੀਂ ਸਮਝਦੇ ਹਾਂ ਕਿ ਜਿਸ ਕਿਸਮ ਦਾ ਇਹ ਮਦੇਸੀ ਔਰ ਦੂਸਰੇ ਜਿਹੜੇ ਇਹਨਾਂ ਦਾ ਜਿਹੜੇ ਕਿ ਬਿਲਕੁਲ RSS ਦੀ ਖੇਡ ਖੇਡ ਰਹੇ ਨੇ ਔਰ ਇਹ ਗੱਲ ਅਸੀਂ ਟ੍ਰਿਬਿਊਨ ਨੂੰ ਵੀ ਕੋਟ ਕੀਤਾ ਸੀ ਕਿ ਉਹਦੇ ਹਵਾਲੇ ਨਾਲ ਕਿ ਇਹਨਾਂ ਨੇ ਉਸ ਸਾਰੇ ਨੂੰ ਜਿਹੜਾ ਇਹ ਹਿੰਦੂਤਵਾ ਦੇ ਏਜੰਡੇ ਥੱਲੇ ਹੈ ਭਾਵੇਂ ਥੋੜ੍ਹੇ ਬਹੁਤ ਦਲਿਤ ਵਰਗ ਦੇ ਉੱਥੇ ਵੀ ਵਰਤੇ ਜਾ ਰਹੇ ਹੋਣਗੇ RSS ਦੇ ਲਈ ਪਰ ਜਦੋਂ ਮੋਨਾਰਕੀ ਖਤਮ ਹੋ ਗਈ ਸਿਸਟਮ ਜਿਹੜਾ ਉਹ ਖਤਮ ਕਰ ਦਿੱਤਾ ਗਿਆ ਔਰ ਇੱਕ ਰਿਪਬਲਿਕ ਐਸਟੈਬਲਿਸ਼ ਹੋ ਗਿਆ ਵੋਟਾਂ ਦਾ ਸਿਸਟਮ ਐਸਟੈਬਲਿਸ਼ ਹੋ ਗਿਆ ਔਰ ਸਾਰੇ ਪ੍ਰੋਵਿੰਸਿਸ ਕਾਂਸਟੀਟਿਊਸ਼ਨ ਦੇ ਥੱਲੇ 7 ਪ੍ਰੋਵਿੰਸ ਬਣ ਗਏ
ਸੋ ਅਸੀਂ ਸਮਝਦੇ ਹਾਂ ਸਗੋਂ ਇਸ ਦੇ ਉਲਟ ਮਦੇਸੀ ਬੇਸ਼ੱਕ ਤਰਾਈ 'ਚ ਨੇ ਇਹਨਾਂ ਦੇ ਕੋਲ ਇੱਕ ਰਾਊਟਰ ਦੇ ਉੱਤੇ ਬੈਠੇ ਹੋਏ ਨੇ ਜਿਹੜਾ ਭਾਰਤ ਨੇਪਾਲ ਨੂੰ ਜੋੜਦਾ ਪਰ ਪ੍ਰੋਡਿਊਸ ਵੀ ਉਹਨਾਂ ਦੇ ਕੋਲ ਹੈਗਾ ਕਿਉਂਕਿ ਬਹੁਤੇ ਤਾਂ ਬਾਕੀ ਸਕੈਟਰਡ ਏਰੀਆ ਨੇ ਸੋ ਅਸੀਂ ਸਮਝਦੇ ਹਾਂ ਵੀ ਇਹ ਲੜਾਈ ਜਿਵੇਂ ਇਹਨਾਂ ਨੇ ਸਾਨੂੰ ਇਹ ਸਲਾਹ ਦਿੱਤੀ ਹੈ ਵੀ ਅਸੀਂ ਦਲਿਤਾਂ ਦਾ ਸਾਥ ਦੇਈਏ ਜਾਂ ਜਿਹੜੇ ਡਿੱਗੇ ਹੋਏ ਨੇ ਇਹ ਲੜਾਈ ਉਹ ਨਹੀਂ ਹੈ ਇਹ ਲੜਾਈ ਸਿੱਧੇ ਤੌਰ ਦੇ ਉੱਤੇ ਆਰਐਸਐਸ ਦੇ ਹਿੰਦੂਤਵ ਏਜੰਡੇ ਦੀ ਔਰ ਨੇਪਾਲ ਜਿਹਨੇ ਆਪਣੇ ਆਪ ਨੂੰ ਸੈਕੂਲਰ ਕੰਟਰੀ ਐਲਾਨੇ ਹੈ ਹਿੰਦੂ ਧਰਮ ਤੋਂ ਖਹਿੜਾ ਛਡਾਇਆ ਐਜ਼ ਏ ਰਾਜ ਧਰਮ ਇਹਦੇ ਬਾਵਜੂਦ ਉਹਨਾਂ ਨੇ ਜਿਵੇਂ ਗਾਂ ਨੂੰ ਨਾ ਮਾਰਨ ਦੀ ਗੱਲ ਕੀਤੀ ਜਾਂ ਉਹਦੇ 'ਚ ਉਹਨਾਂ ਨੇ ਥਾਂ ਦਿੱਤੀ ਹੁਣ ਉਹ ਬੈਂਡ ਬੈਕਵਰਡ ਕਰਨ ਨੂੰ ਤਿਆਰ ਸੀ ਥੋੜ੍ਹੇ ਕਿ ਬਈ ਉਹਨਾਂ ਨੂੰ ਹੋਰ ਸਹੂਲਤਾਂ ਕਿ ਭਾਈ ਤੁਹਾਡੇ ਨਾਲ ਅਸੀਂ ਜੋ ਵੀ ਤੁਹਾਡੀਆਂ ਮੰਗਾਂ ਨੇ 3 ਮਹੀਨੇ ਦੇ ਵਿੱਚ ਉਹਦੀ ਰੀਅਲਾਈਨਮੈਂਟ ਕਰਦੇ ਪਰ ਜਿਵੇਂ ਉਹ ਮੁਕਰੇ ਜਾਂ ਭਾਰਤ ਨੇ ਆਪਣੀ ਉਹ ਦਿਖਾਈ ਹੋਈ ਆ ਉਹਦਾ ਹੀ ਇਹ ਨਤੀਜਾ ਹੈ ਜਿਵੇਂ ਅੱਜ ਦੀਆਂ ਖਬਰਾਂ ਦੇ ਵਿੱਚ ਇੱਕ ਖਬਰ ਸੀ ਕਿ ਚੀਨ ਨੇ ਜਿਹੜਾ ਕਾਫੀ ਗਿਣਤੀ ਦੇ ਵਿੱਚ ਉਹਨਾਂ ਨੂੰ ਹੋਰ ਫਿਊਲ ਦੇਣ ਦਾ ਫੈਸਲਾ ਕੀਤਾ ਔਰ ਇਹ ਘਬਰਾਏ ਹੋਏ ਨੇ ਹੁਣ ਔਰ ਉਸ ਖਬਰ ਦੇ ਮੁਤਾਬਕ ਹੀ ਇਹ ਸੀ ਕਿ ਨੇਪਾਲ ਦਾ ਫੋਰਨ ਮਿਨਿਸਟਰ ਚਾਈਨਾ ਗਿਆ ਅਤੇ ਉਹਨੇ ਜਿੰਨਾ ਅੱਗੇ ਕਮਿਟ ਕੀਤਾ ਸੀ ਉਹ ਤੋਂ ਜ਼ਿਆਦਾ ਫਿਊਲ ਕਮਿਟ ਕੀਤਾ ਸੋ ਈਵਨ ਇਹਨਾਂ ਦੀ ਨਿਊਜ਼ ਏਜੰਸੀ ਦੀ ਖਬਰ ਸੀ ਕਿ ਵੀ ਇਹ ਇੰਡੀਆ ਜਿਹੜਾ ਇਹ ਲੂਜ਼ਰ ਹੈ ਬਾਕੀ ਜਿਹੜਾ ਆਰਗੂਮੈਂਟ ਸੋ ਮੈਂ ਇਹਨਾਂ ਦੇ ਵੀ ਦਲਜੀਤ ਸਿੰਘ ਹੋਰਾਂ ਦੇ ਆਰਗੂਮੈਂਟ ਦੀ ਜਿਹੜੀ ਭਾਵਨਾ ਕਿ ਭਾਈ ਉੱਥੇ ਇਹ ਕਲਾਸ ਸਟਰਗਲ ਸੀ ਔਰ ਹੈ ਅਸੀਂ ਉਹਦੇ 'ਚ ਹਮੇਸ਼ਾ ਹੀ ਜਿਹੜੇ ਹੈਵ ਨੋਟ ਨੇ ਉਹਨਾਂ ਦੇ ਨਾਲ ਖਲੋਤੇ ਹਾਂ ਪਰ ਜਿਹੜਾ ਉਹਨਾਂ ਨੇ ਆਰਗੂਮੈਂਟ ਦਿੱਤਾ ਇਸ ਗੱਲ ਦੇ ਲਈ ਕਿ ਜੀ ਇਹ ਲੱਗਦਾ ਮੈਨੂੰ ਕਿ ਇੰਡੀਆ ਨੂੰ ਜਸਟੀਫਾਈ ਕਰਦਾ ਹੈ ਇੰਡੀਆ ਦੇ ਸਟੈਂਡ ਨੂੰ ਜੀ ਕਿ ਉਹਨੇ ਨਾਕਾਬੰਦੀ ਕੀਤੀ ਹੈ ਔਰ ਜਿਵੇਂ ਉਹ ਜਸਟੀਫਾਈਡ ਹੋਏ ਉਹਨਾਂ ਦਾ ਜਿਹੜਾ ਪਾਕਿਸਤਾਨ ਦੇ ਨਾਲ ਕੰਪੈਰੀਜ਼ਨ ਹੈ ਜੀ ਪਾਕਿਸਤਾਨ ਕਿਉਂ ਨਹੀਂ ਕਰਦਾ ਸੈਂਟਰਲ ਏਸ਼ੀਆ ਨੂੰ ਉਹਨਾਂ ਦਾ ਰਾਊਟ ਨਹੀਂ ਰਹਿੰਦਾ ਸੈਂਟਰਲ ਏਸ਼ੀਆ ਦੇ ਲਈ ਜਾਂ ਉਹਨਾਂ ਦਾ ਇਹ ਕਹਿਣਾ ਕਿ ਜੀ ਪਸ਼ਤੂਨ ਜਿਹੜੇ ਨੇ ਭਾਰਤ ਵੱਲ ਚੁੱਕ ਰਹੇ ਨੇ ਫਿਰ ਹੀ ਭਾਰਤ ਨੇ ਇਨਵੈਸਟਮੈਂਟ ਕਰਕੇ ਦੇਖ ਲਈ ਹੈ ਉੱਥੇ ਹੁਣ ਪਾਰਲੀਮੈਂਟ ਵੀ ਬਣਾ ਦਿੱਤੀ ਹੈ ਉਹਨਾਂ ਨੂੰ ਦੇਖ ਲੈਣਾ ਕਿੰਨੇ ਪਸ਼ਤੂਨ ਝੁਕੇ ਹੋਏ ਨੇ ਉਹਨਾਂ ਦੀ ਪਾਕਿਸਤਾਨ ਦੀ ਆਪਣੀ ਫੌਜ ਦਾ ਇੱਕ ਵੱਡਾ ਹਿੱਸਾ ਜਿਹੜਾ ਪੰਜਾਬੀਆਂ ਤੋਂ ਬਾਅਦ ਦੂਸਰਾ ਵੱਡਾ ਨੰਬਰ ਜਿਹੜਾ ਪਾਕਿਸਤਾਨ ਦੀ ਫੌਜ 'ਚੋਂ ਪਸ਼ਤੂਨਾਂ ਦਾ ਅਤੇ ਉਹਨਾਂ ਨੇ ਇਹ ਕਿਹਾ ਕਿ ਜੀ ਇਹ ਕਿਉਂਕਿ ਈਰਾਨ ਦਾ ਰਸਤਾ ਖੁੱਲ੍ਹ ਗਿਆ ਜੇ ਤਾਂ ਈਰਾਨ ਦਾ ਖੁੱਲ੍ਹਣ ਦਾ ਇਵੇਂ ਹੀ ਹੈ ਜਿਵੇਂ ਕੋਈ ਇਹ ਕਹੇ ਕਿ ਜੀ ਨੇਪਾਲ ਦਾ ਚੀਨ ਦੇ ਨਾਲ ਖੁੱਲ੍ਹ ਗਿਆ ਔਰ ਕਿੰਨਾ ਕੁ ਈਰਾਨ ਦੇ ਨਾਲ ਟ੍ਰੇਡ ਕਿੱਥੋਂ ਦੀ ਘੁੰਮ ਕੇ ਆ ਕੇ ਜ਼ਾਇਦਾਨ ਤੋਂ ਕਦੋਂ ਕੌਣ ਆਏਗਾ ਅਤੇ ਨਿਕਲਣਾ ਤੁਸੀਂ ਸਮੁੰਦਰ ਰਸਤੇ ਜਾਓਗੇ ਸੋ ਇਹ ਤਾਂ ਡਾਇਰੈਕਟਲੀ ਜੇ ਤੁਸੀਂ ਅੰਮ੍ਰਿਤਸਰ ਤੋਂ ਕਾਬਲ ਜਾਣਾ ਅਤੇ ਜਿਵੇਂ ਇਹਨਾਂ ਦਾ ਹੀ ਕਹਿਣਾ ਸੀ ਜੀ ਬ੍ਰੇਕਫਾਸਟ ਅਸੀਂ ਅੰਮ੍ਰਿਤਸਰ ਕਰੋ ਲੰਚ ਜਿਹੜਾ ਉਹ ਇਸਲਾਮਾਬਾਦ ਜਾਂ ਲਾਹੌਰ ਕਰੋ ਅਤੇ ਡਿਨਰ ਜਿਹੜਾ ਉਹ ਕਾਬਲ ਕਰੋ ਸੋ ਇਹ ਕੋਈ ਆਰਗੂਮੈਂਟ ਨਹੀਂ ਹੈ ਕਿ ਜੀ ਪਾਕਿਸਤਾਨ ਅਸੀਂ ਤਾਂ ਇਹ ਕਿਹਾ ਸੀ ਕਿ ਇਹਦੇ ਬਾਵਜੂਦ ਕਿ ਅਫਗਾਨਿਸਤਾਨ ਇੰਡੀਅਨ ਔਰਬਿਟ ਦੇ ਵਿੱਚ ਵੀ ਉਹਦੇ ਹਾਕਮ ਰਹੇ ਸੋਵੀਅਤ ਔਰਬਿਟ 'ਚ ਵੀ ਰਹੇ ਅਤੇ ਪਾਕਿਸਤਾਨ ਨੇ ਜੇ ਬੰਦ ਕੀਤਾ ਹੁੰਦਾ ਤਾਂ ਰਿਐਕਸ਼ਨ ਕੀ ਹੁੰਦਾ ਵਰਲਡ ਕਮਿਊਨਿਟੀ ਦਾ ਵੀ ਉਹਨਾਂ ਨੂੰ ਪਾਰਕਿੰਗ ਲਾਟ ਇਹਨਾਂ ਨੇ ਬਣਾ ਦੇਣਾ ਸੀ ਅਫਗਾਨਾਂ ਨੇ ਜਾਂ ਦੂਜਿਆਂ ਨੇ ਤਾਂ ਜੋ ਕਰਨਾ ਸੀ ਉਹ ਕਰਨਾ ਹੀ ਸੀ ਸੋ ਅਸੀਂ ਇਹਨੂੰ ਐਜ਼ ਏ ਆਰਗੂਮੈਂਟ ਯੂਜ਼ ਕੀਤਾ ਸੀ ਕਿ 4 ਮਹੀਨੇ ਤੋਂ ਨੇਪਾਲ ਦੀ ਨਾਕਾਬੰਦੀ ਔਰ ਉੱਥੇ ਹਿਊਮੈਨੀਟੇਰੀਅਨ ਕ੍ਰਾਈਸਿਸ ਹੈ ਅਤੇ ਵਰਲਡ ਪਾਵਰਸ ਕਿੱਥੇ ਨੇ ਸੋ ਅਸੀਂ ਇਹ ਨਹੀਂ ਸਮਝਦੇ ਵੀ ਕਿਸੇ ਵੀ ਲੈਂਡ ਲੋਕਡ ਕੰਟਰੀ ਨੂੰ ਤੁਸੀਂ ਜਿਹੜਾ ਉਹਦੀ ਕੱਟ ਆਫ ਲਾਈਨ ਕਰਕੇ ਉਹਨਾਂ ਦੇ ਬੱਚੇ ਮਾਰ ਦਿਓ ਦਵਾਈਆਂ ਖੁਣੋ ਜਾਂ ਦੂਸਰਾ ਦਿਓ ਪਰ ਫਿਰ ਵੀ ਵੀਰ ਦਲਜੀਤ ਸਿੰਘ ਦਾ ਸ਼ੁਕਰੀਆ ਕਿ ਉਹਨਾਂ ਨੇ ਸਾਨੂੰ ਲਿਖਿਆ ਇਸ ਮੁੱਦੇ ਦੇ ਉੱਤੇ ਜੀ ਡਾਕਟਰ ਸਾਹਿਬ ਬ੍ਰੇਕ ਵੀਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਹਾਂ ਛੋਟੇ ਜਿਹੇ ਵਕਤ